ਇਹ ਛੱਕੇ ਇਹ ਵੀ ਕਹਿੰਦੇ ਕਮਾਲ ਦੇ ਹੀ ਮਾਰਦਾ ਪਹਿਲਾ ਓਵਰ ਕਹਿੰਦੇ ਜੱਗਾ ਹੋਡਲੇ ਵਾਲਾ ਕਰੂਗਾ ਉਧਰ ਮਾਈਕ ਵਾਲਾ ਸਾਊਂਡ ਵਾਲਾ ਵੀਰ ਜਿੱਥੇ ਆਵਾਜ਼ ਨੂੰ ਸੁਣਦਾ ਮੇਰੇ ਨਾਲ ਜ਼ਰੂਰ ਸੰਪਰਕ ਕਰੇਗਾ ਸਾਊਂਡ ਵਾਲੇ ਵੀਰ ਨੂੰ ਬੇਨਤੀ ਹੈ ਵੀ ਉਹ ਗਰਾਊਂਡ ਦੇ ਵਿੱਚ ਆ ਕੇ ਸੰਪਰਕ ਜ਼ਰੂਰ ਕਰ ਲਵੇ ਕਿਉਂਕਿ ਇੱਕ ਮਾਈਕ ਜਿਹੜਾ ਬੰਦ ਹੋ ਗਿਆ ਇਸ ਲਈ ਬੇਨਤੀ ਹੈ ਸਾਊਂਡ ਵਾਲੇ ਵੀਰ ਨੂੰ ਵੀ ਗਰਾਊਂਡ 'ਚ ਆਵੇ ਜਲਦੀ ਦੇ ਨਾਲ ਲਓ 120 ਦਾ ਟਾਰਗੇਟ ਹੈ ਮੇਰੇ ਮਿੱਤਰੋ ਇਹ ਸਾਹਮਣੇ ਕੌਣ ਖੜਾ ਇਹ ਆ ਕਹਿੰਦੇ ਗਗਨ ਮਾਨ ਕੋਟੜੇ ਕੌੜੇ ਵਾਲਾ ਇਹਦੀ ਰਿੰਕੂ ਦੇ ਨਾਲ ਯਾਰੀ ਕਹਿੰਦੇ ਬੜੀ ਪੱਕੀ ਹੈ ਬਿਲੇ ਦੇ ਰਿੰਕੂ ਦੇ ਨਾਲ ਉੱਧਰ ਕਹਿੰਦੇ 700 ਦੇ ਕਰੀਬ ਬੰਦਾ ਇਹਨਾਂ ਮੈਚਾਂ ਨੂੰ ਦੇਖ ਰਿਹਾ ਕੋਈ ਵੱਖੋ ਵੱਖਰੇ ਪਿੰਡਾਂ ਦੇ ਵਿੱਚੋਂ ਹੋਰ ਜ਼ਿਲ੍ਹਿਆਂ ਦੇ ਵਿੱਚੋਂ ਬਾਹਰਲੀਆਂ ਸਟੇਟਾਂ ਦੇ ਵਿੱਚੋਂ ਤੇ ਫੋਰਨ ਮੁਲਕਾਂ ਦੇ ਵਿੱਚੋਂ ਇਹਨਾਂ ਮੈਚਾਂ ਦਾ ਆਨੰਦ ਮਾਣ ਰਿਹਾ ਜਿੰਨੇ ਵੀ ਭਰਾ ਜੁੜੇ ਹੋਏ ਆ ਸਾਰਿਆਂ ਦਾ ਧੰਨਵਾਦ ਕਰਦੇ ਆ ਲਓ ਦੇਖੋ ਵੀ 120 ਸਾਹਮਣੇ ਕਹਿੰਦੇ ਨੌਜਵਾਨ ਆ ਤੁੰਬੀ ਕੋਟਲੇ ਕੌੜੇ ਵਾਲਾ ਮਾਨ ਇਹ ਬਾਲ ਕਹਿੰਦੇ ਹੋਡਲੇ ਵਾਲਾ ਜੱਗਾ ਥਾਪੀਆਂ ਦਾ ਬਾਦਸ਼ਾਹ ਇੱਧਰ ਕੰਮ ਕਹਿੰਦੇ ਮਾਨ ਨੇ ਸ਼ੁਰੂ ਕਰਤਾ ਮਾਨ ਨੇ ਸ਼ੁਰੂ ਕਰਤਾ ਕਹਿੰਦਾ ਭਾਜੀ ਮੋੜਨੀ ਹੈ ਹਿਸਾਬ ਬਰਾਬਰ ਕਰਨਾ ਫਿਰ ਕੀ ਹੋ ਗਿਆ ਜੇ ਤੁਸੀਂ 120 ਦਾ ਟਾਰਗੇਟ ਦਿੱਤਾ ਤੇ ਮੈਂ ਵੀ ਕਹਿੰਦੇ ਬਰਾਬਰ ਕਰ ਸਕਦਾ ਲਓ ਦੇਖੋ ਵੀ ਪਹਿਲੀ ਦੇ 6 ਆ ਗਏ ਹੈ ਤੇ ਦੂਜੀ ਬਾਲ ਤੇ ਜੱਗਾ ਫੇਰ ਬਾਲ ਕਰਨ ਦੇ ਲਈ ਤਿਆਰ ਹੈ ਦੋਵੇਂ ਮੁੰਡਿਆਂ ਦਾ ਕੱਦ ਕਹਿੰਦੇ 6.25 ਫੁੱਟ ਦੇ ਕਰੀਬ ਹੈ ਲਓ ਪਟਵਾਰੀ ਵੱਲੋਂ ਮਾਨ ਜਿੰਨੇ ਵੀ ਛੱਕੇ ਮਾਰੂਗਾ ਤੇ ਉਨੇ ਹੀ 100-100 ਦੇ ਨੋਟ ਦੇਣੇ ਹੈ ਲਓ ਪਟਵਾਰੀ ਵੀ ਮੈਨੂੰ ਲੱਗਦਾ ਵੀ ਅਜੇ ਤੜਕੇ ਤੜਕੇ ਬੈਂਕ ਗੇੜਾ ਮਾਰ ਕੇ ਆਇਆ ਵੱਡੇ ਮਾਨ ਕਹਿੰਦੇ ਸੁਬਹਾ ਤੋਂ ਸ਼ੁਰੂ ਕਰਦੇ ਆ ਤੇ ਸ਼ਾਮ ਤੱਕ ਚੱਲਦੇ ਆ ਉਹ ਭੱਲੇ ਪਹਿਲੀਆਂ ਦੋਵਾਂ ਦੇ ਛੱਕੇ ਐਨ ਕਹਿੰਦੇ ਨਜ਼ਾਰਾ ਸਾਊਂਡ ਵਾਲਾ ਬਾਈ ਕਿੱਥੇ ਹੈ ਜੇ ਘਰੇ ਗਿਆ ਤਾਂ ਆਵਾਜ਼ ਸੁਣ ਕੇ ਭੱਜ ਕੇ ਆ ਜੇ ਸਾਈਕਲ ਲੈ ਕੇ ਮੋਟਰਸਾਈਕਲ ਲੈ ਕੇ ਜਾਂ ਫਿਰ ਗੱਡੀ ਲੈ ਕੇ ਜਿਹੜਾ ਕੁਝ ਥਿਉਂਦਾ ਲੈ ਕੇ ਆ ਜਾਵੇ ਜਲਦੀ ਦੇ ਨਾਲ ਲੈ ਵੀ ਬਾਈ ਫੋਨ ਕਰ ਲਓ ਪ੍ਰਬੰਧਕਾਂ ਨੂੰ ਬੇਨਤੀ ਹੈ ਲਓ ਦੋ ਪਾਲਾਂ ਦੇ ਕਹਿੰਦੇ ਦੋ ਛੱਕੇ ਲੈ ਵੀ ਜੱਗਿਆ ਆ ਕੀ ਬਣ ਰਿਹਾ ਪਾਣੀ ਸਿਰ ਤੋਂ ਲੰਘਦਾ ਜਾ ਰਿਹਾ ਓਏ ਗੱਭਰੂਆ ਤਕੜਾ ਹੋਣਾ ਪੈਣਾ ਕੁਝ ਕਰਨਾ ਪੈਣਾ ਕਿਉਂਕਿ ਲੋਕ ਸੋਚ ਰਹੇ ਆ ਵੀ ਚੜ੍ਹਾਈ ਜੱਗੇ ਦੀ ਵੀ ਬੜੀ ਹੈ ਤੇ ਇੱਧਰ ਕਹਿੰਦੇ ਕੋਟੜੇ ਕੌੜੇ ਵਾਲੇ ਮਾਨ ਦੀ ਵੀ ਬੜੀ ਚੜ੍ਹਾਈ ਹੈ ਲਓ ਦੋ ਬਾਲਾਂ ਤੇ ਦੋ ਛੱਕੇ ਵੱਜ ਗਏ ਆ ਤੇ ਤੀਜੀ ਬਾਲ ਹੋਣ ਜਾ ਰਹੀ ਹੈ ਲੋਕੀ ਚਿੱਟੋ ਦੇ ਵਿੱਚ ਮਨ ਦੇ ਵਿੱਚ ਖੁਸ਼ੀ ਦਾ ਅਹਿਸਾਸ ਕਰ ਰਹੇ ਹੈ ਕਿਉਂਕਿ ਮੈਚ ਦੇ ਵਿੱਚ ਸਵਾਦ ਆ ਰਿਹਾ 120 ਦਾ ਟਾਰਗੇਟ ਹੈ ਤੇ ਛੱਕੇ ਕਹਿੰਦੇ 2 ਵੱਜ ਗਏ ਆ ਇੱਧਰ ਜੱਗਾ ਹੋਡਲੇ ਵਾਲਾ ਫੇਰ ਬਾਲ ਕਰ ਰਿਹਾ ਤੇ ਮਾਨ ਮਾਨ ਓ ਮਾਨ ਇੱਕ ਹੋਰ ਚੌਕਾ ਆ ਗਿਆ ਬਾਲਾਂ 3 ਹੋਈ ਹੈ ਇਹ ਰਨ ਕਹਿੰਦੇ 16 ਬਣ ਗਏ ਹੈ ਤਿੰਨਾਂ ਬਾਲਾਂ 'ਚ 16 ਰਨ ਬਣ ਗਏ ਹੈ 120 ਦਾ ਟਾਰਗੇਟ ਹੈ ਅਤੇ 100 ਕਹਿੰਦੇ 4 ਪਿੱਛੇ ਰਹਿ ਗਏ ਹੈ 104 ਰਨ ਜਿਹੜੇ ਪਿੱਛੇ ਰਹਿ ਗਏ ਹੈ 16-17 ਛੱਕੇ ਹੀ ਮਾਰਨੇ ਆ ਮਾਨਾ 16-17 ਛੱਕੇ ਹੀ ਮਾਰਨੇ ਹੈ ਲਓ ਦੇਖੋ ਵੀ ਮੈਚ ਤਕੜਾ ਖੇਡਿਆ ਜਾ ਰਿਹਾ ਹੁਣ 12 ਇੱਧਰ ਕਹਿੰਦੇ 11 ਖਿਡਾਰੀ ਉਸ ਟੀਮ ਦੇ ਹੈ ਅਤੇ 11 ਹੀ ਉਸ ਟੀਮ ਦੇ ਹੈ ਅਤੇ 22 ਖਿਡਾਰੀਆਂ ਦੇ ਭਾਰੀ ਬਣੀ ਪਈ ਹੈ ਵੀ ਕੀ ਹੋਈ ਜਾਂਦਾ ਕੋਈ ਸਮਝ ਨਹੀਂ ਆ ਰਹੀ ਪਹਿਲਾਂ 3 ਮੇਰੇ ਮਿੱਤਰੋ 16 ਹੋਏ ਸੀਗੇ ਬਾਲਾਂ ਹਲੇ ਵੀ ਕਹਿੰਦੇ 3 ਹੀ ਹੈ ਤੇ ਰਨ 7 ਹੋਰ ਆ ਗਏ ਹੈ ਦੇਖੋ ਵੀ ਕਿੱਥੇ ਜਾ ਕੇ ਗੱਲ ਬਣਨੀ ਹੈ ਲੈ ਵੀ ਜੱਗਿਆ ਪਾਣੀ ਸਿਰ ਤੋਂ ਲੰਘਦਾ ਜਾ ਰਿਹਾ ਹੈ ਗੱਭਰੂਆ ਬੱਲੇ 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 ਉਹ ਬਾਗ ਸੋਹਣਿਆ ਐਨ ਕਹਾਣੀ ਕਹਿੰਦੇ ਟਿਕਾਣੇ ਲੱਗੀ ਪਈ ਹੈ ਕਹਾਣੀ ਕਹਿੰਦੇ ਟਿਕਾਣੇ ਲੱਗੀ ਪਈ ਹੈ ਉਹ ਰਿਕਾਰਡ ਅੱਜ ਇੱਥੇ ਬਣ ਆ ਗਏ ਬਾਈ 29 ਲਓ ਨਜ਼ਾਰਾ ਇੱਕ ਵਾਰੀ ਜਿੰਨੇ ਦਰਸ਼ਕ ਮੈਚ ਦੇਖ ਰਹੇ ਜੇ ਮੈਚ ਵਧੀਆ ਲੱਗ ਰਿਹਾ ਪ੍ਰਬੰਧਕਾਂ ਦੇ ਲਈ ਤਾੜੀ ਠੋਕ ਕੇ ਮਾਰ ਦਿਓ ਕਿਉਂਕਿ ਮਿਹਨਤ ਪ੍ਰਬੰਧਕਾਂ ਨੇ ਕੀਤੀ ਹੈ ਤਾਂ ਹੀ ਸਵਾਦ ਆ ਰਿਹਾ ਹੋਡਲੇ ਵਾਲਾ ਜੱਗਾ ਨਜ਼ਾਰਾ ਐਨ ਸਿਰੇ ਦਾ ਮੈਚ ਹੈ ਲੈ ਵੀ ਕਿੰਨੇ ਹੋ ਗਏ 35 ਹੋ ਗਏ ਹੈ 35 ਹੋ ਗਏ ਹੈ 35 ਹੋ ਗਏ ਹੈ 35 ਹੋ ਗਏ ਹੈ 35 ਹੋ ਗਏ ਤੇ ਬਣਾਉਣੇ ਕਿੰਨੇ ਹੈ 120 ਬਣਾਉਣੇ ਹੈ ਇੱਧਰ ਦੇਖਾਂਗੇ ਵੀ ਸਿਰੇ ਦੀ ਟੱਕਰ ਟਿੰਕੂ ਕਹਿੰਦਾ ਵੀ ਆਹ ਬਾਲ ਤੇ ਛੱਕਾ ਵੱਜ ਗਿਆ ਤਾਂ 100 ਦੇਣਾ ਮਾਨ ਨੂੰ 100 ਦੇਣਾ ਮਾਨ ਨੂੰ ਲਓ ਦੇਖੋ ਵੀ ਦੁਨੀਆ ਖੁਸ਼ ਹੈ ਪੂਰਾ ਨਜ਼ਾਰਾ ਵਧੀਆ ਪਿਆ ਮੇਰੇ ਮਿੱਤਰੋ ਲੈ ਵੀ ਜੱਗਿਆ ਆਹ ਬਾਲ ਦਾ ਦੌੜ ਕਰਨੀ ਪੈਣੀ ਹੈ ਤੇ ਨਹੀਂ ਤਾਂ ਇਹ ਰਿਕਾਰਡ ਤੇਰੇ ਨਾਮ ਹੀ ਬੋਲਣਾ ਲਓ ਤਕੜਾ ਮੈਚ ਕਿ ਭੱਜਦਿਆਂ ਨੂੰ ਇੱਕੋ ਜਿਹੇ ਵਾਹਣ ਮਿੱਤਰੋ ਟੱਕਰੇ ਨੇ ਹਾਰੀਆਂ ਨੂੰ ਵਾਹਣ ਮਿੱਤਰੋ ਕਿ ਰਾਜਾ ਖੇਲਾ ਲਿਖੇ ਗੱਲ ਲੱਖ ਲੱਖ ਦੀ ਧੁੰਮ ਪੈ ਗਈ ਮਿੱਤਰੋ ਤਲਵੰਡੀ ਦੇ ਕ੍ਰਿਕਟ ਕੱਪ ਦੀ ਲਓ ਦੇਖੋ ਆਹ ਬਾਲ ਤੇ ਪਰ ਦੇਖੋ ਗਰਾਊਂਡਰ ਸ਼ਾਟ ਹੈ ਰਨ ਮੇਰੇ ਮਿੱਤਰੋ 1-2-3-4 ਹੋ ਸਕਦੇ ਸੀ ਪਰ ਹੋਏ ਨਹੀਂ 1 ਰਨ ਦਾ ਵਾਧਾ ਹੋ ਗਿਆ 1 ਰਨ ਦਾ ਵਾਧਾ
ਸਾਰਾ ਮੇਰੇ ਮਿੱਤਰ ਹੋ ਗਿਆ ਸਿਰੇ ਦੀ ਟੱਕਰ ਤੇ ਸਾਨਾ ਦਾ ਭੇੜ ਹੋ ਰਿਹਾ ਓਵਰ ਸਮਾਪਤ ਹੋ ਗਿਆ ਤੇ ਰਨ ਕਹਿੰਦੇ 36 ਹੋ ਗਏ।